ਰੇਲਵੇ ਸਟੇਸ਼ਨ ਦੇ ਬਾਹਰ ਦੋ ਸ਼ਖਸ ਆਪਸ ਚ ਭਿੜਦੇ ਨਜ਼ਰ ਆਏ ਨੇ ਤੇ ਲੜਦੇ ਲੜਦੇ ਇਹ ਸੜਕ ਦੇ ਉੱਤੇ ਆ ਜਾਂਦੇ ਨੇ। ਹਾਲਾਂਕਿ ਇੱਕ ਦੂਜੇ ਨੂੰ ਢਾ ਢਾ ਕੇ ਉੱਥੇ ਕੁੱਟਿਆ ਗਿਆ, ਮੁੱਕੇ ਘਸੁੰਨ ਵਰਾਏ ਗਏ ਨੇ, ਪਰ ਮੌਕੇ ਦੇ ਉੱਤੇ ਖੜੇ ਲੋਕ ਸਿਰਫ ਤਮਾਸ਼ਾ ਹੀ ਦੇਖਦੇ ਰਹੇ। ਜਿਸ ਤੋਂ ਬਾਅਦ ਕਿਸੇ ਨੇ ਪੁਲਿਸ ਨੂੰ ਸੂਚਿਤ ਕੀਤਾ, ਪੁਲਿਸ ਮੌਕੇ ਦੇ ਉੱਤੇ ਪਹੁੰਚੀ ਤਾਂ ਦੋਵਾਂ ਦੇ ਵਿਚਕਾਰ ਜੋ ਝਗੜਾ ਚੱਲ ਰਿਹਾ ਸੀ ਉਸ ਨੂੰ ਸ਼ਾਂਤ ਕਰਵਾਇਆ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀਆਂ ਇਹ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਕਿ ਦੋ ਪ੍ਰਵਾਸੀ ਮਜ਼ਦੂਰ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਭਿੜ ਗਏ ਤੇ ਲੜਾਈ ਇਸ ਕਦਰ ਵੱਧ ਗਈ ਕਿ ਇੱਕ ਦੂਜੇ ਦੇ ਉੱਤੇ ਮੁੱਕੇ ਘਸੁੰਨਾਂ ਦੇ ਨਾਲ ਹਮਲਾ ਕਰ ਦਿੱਤਾ ਤੇ ਲੜਦੇ ਲੜਦੇ ਇਹ ਪਹਿਲਾਂ ਸਟੇਸ਼ਨ 'ਚ ਲੜੇ ਤੇ ਫਿਰ ਉਸ ਤੋਂ ਬਾਅਦ ਇਹ ਸੜਕ ਦੇ ਉੱਤੇ ਆ ਗਏ ਤੇ ਸੜਕ ਦੇ ਵਿੱਚ ਜਿੱਥੇ ਟ੍ਰੈਫਿਕ ਚੱਲ ਰਹੀ ਸੀ ਉੱਥੇ ਇੱਕ ਦੂਜੇ ਨੂੰ ਢਾ ਢਾ ਕੇ ਕੁੱਟਿਆ ਗਿਆ ਤੇ ਹੁਣ ਇਹ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ। ਤਾਂ ਅੰਮ੍ਰਿਤਸਰ ਦੇ ਵਿੱਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਇਹ ਲੜਾਈ ਸਾਹਮਣੇ ਆਈ ਹੈ। ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਹ ਦੋ ਜਣੇ ਆਪਸ ਚ ਉਹਦੇ ਲੜ ਰਹੇ ਸੀ ਤੇ ਇਹਨਾਂ ਨੂੰ ਛਡਾ ਛਡੂ ਕੇ ਤੇ ਇਹਨਾਂ ਨੂੰ ਥੋੜ੍ਹਾ ਜਿਹਾ ਵੀ ਆਪਸ ਚ ਗੁੱਜੜ ਮੁੱਕੀ ਹੋਏ ਸੀ, ਮੁੱਕੇ ਮੁੱਕੀ ਹੋ ਗਏ, ਇਹਨਾਂ ਛਡਾ ਕੇ ਤੁਹਾਨੂੰ ਇਹ ਵੀ ਵੱਖ ਵੱਖ ਕਰਤਾ ਵੀ ਚਲੋ ਬਈ। ਹਾਂਜੀ ਆਈ ਲਾਗੇ ਸੀ, ਹਾਂਜੀ ਛਡਾ ਕੇ ਇਹਨਾਂ ਨੂੰ, ਇਸੇ ਕਰਕੇ ਤਾਂ ਵੱਖੋ ਵੱਖ ਕੀਤਾ ਵੀ ਸੱਟ ਪਿੰਡ ਲੱਗ ਜੀ। ਹੁੰਦਾ ਤਾਂ ਹੈਗਾ ਜੀ ਜ਼ਰੂਰ। ਰੇਲਵੇ ਸਟੇਸ਼ਨ ਦੇ ਬਾਹਰ ਦੋ ਸ਼ਖਸ ਆਪਸ ਚ ਭਿੜਦੇ ਨਜ਼ਰ ਆਏ ਨੇ ਤੇ ਲੜਦੇ ਲੜਦੇ ਇਹ ਸੜਕ ਦੇ ਉੱਤੇ ਆ ਜਾਂਦੇ ਨੇ। ਹਾਲਾਂਕਿ ਇੱਕ ਦੂਜੇ ਨੂੰ ਢਾ ਢਾ ਕੇ ਉੱਥੇ ਕੁੱਟਿਆ ਗਿਆ, ਮੁੱਕੇ ਘਸੁੰਨ ਵਰਾਏ ਗਏ ਨੇ, ਪਰ ਮੌਕੇ ਦੇ ਉੱਤੇ ਖੜੇ ਲੋਕ ਸਿਰਫ ਤਮਾਸ਼ਾ ਹੀ ਦੇਖਦੇ ਰਹੇ। ਜਿਸ ਤੋਂ ਬਾਅਦ ਕਿਸੇ ਨੇ ਪੁਲਿਸ ਨੂੰ ਸੂਚਿਤ ਕੀਤਾ, ਪੁਲਿਸ ਮੌਕੇ ਦੇ ਉੱਤੇ ਪਹੁੰਚੀ ਤਾਂ ਦੋਵਾਂ ਦੇ ਵਿਚਕਾਰ ਜੋ ਝਗੜਾ ਚੱਲ ਰਿਹਾ ਸੀ ਉਸ ਨੂੰ ਸ਼ਾਂਤ ਕਰਵਾਇਆ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀਆਂ ਇਹ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਕਿ ਦੋ ਪ੍ਰਵਾਸੀ ਮਜ਼ਦੂਰ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਭਿੜ ਗਏ ਤੇ ਲੜਾਈ ਇਸ ਕਦਰ ਵੱਧ ਗਈ ਕਿ ਇੱਕ ਦੂਜੇ ਦੇ ਉੱਤੇ ਮੁੱਕੇ ਘਸੁੰਨਾਂ ਦੇ ਨਾਲ ਹਮਲਾ ਕਰ ਦਿੱਤਾ ਤੇ ਲੜਦੇ ਲੜਦੇ ਇਹ ਪਹਿਲਾਂ ਸਟੇਸ਼ਨ 'ਚ ਲੜੇ ਤੇ ਫਿਰ ਉਸ ਤੋਂ ਬਾਅਦ ਇਹ ਸੜਕ ਦੇ ਉੱਤੇ ਆ ਗਏ ਤੇ ਸੜਕ ਦੇ ਵਿੱਚ ਜਿੱਥੇ ਟ੍ਰੈਫਿਕ ਚੱਲ ਰਹੀ ਸੀ ਉੱਥੇ ਇੱਕ ਦੂਜੇ ਨੂੰ ਢਾ ਢਾ ਕੇ ਕੁੱਟਿਆ ਗਿਆ ਤੇ ਹੁਣ ਇਹ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ। ਤਾਂ ਅੰਮ੍ਰਿਤਸਰ ਦੇ ਵਿੱਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਇਹ ਲੜਾਈ ਸਾਹਮਣੇ ਆਈ ਹੈ। ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਹ ਦੋ ਜਣੇ ਆਪਸ ਚ ਉਹਦੇ ਲੜ ਰਹੇ ਸੀ ਤੇ ਇਹਨਾਂ ਨੂੰ ਛਡਾ ਛਡੂ ਕੇ ਤੇ ਇਹਨਾਂ ਨੂੰ ਥੋੜ੍ਹਾ ਜਿਹਾ ਵੀ ਆਪਸ ਚ ਗੁੱਜੜ ਮੁੱਕੀ ਹੋਏ ਸੀ, ਮੁੱਕੇ ਮੁੱਕੀ ਹੋ ਗਏ, ਇਹਨਾਂ ਛਡਾ ਕੇ ਤੁਹਾਨੂੰ ਇਹ ਵੀ ਵੱਖ ਵੱਖ ਕਰਤਾ ਵੀ ਚਲੋ ਬਈ। ਸਟੇਸ਼ਨ ਦਾ ਮੇਨ ਗੇਟ ਹੈ, ਸਿਕਿਉਰਿਟੀ ਸਿਕੰਦਰ
ਹਾਂਜੀ ਆਈ ਲਾਗੇ ਹੀ ਲੱਗ ਹਾਂਜੀ ਛਡਾ ਕੇ ਇਹਨਾਂ ਨੂੰ ਇਸੇ ਕਰਕੇ ਤਾਂ ਵੱਖੋ ਵੱਖ ਕੀਤਾ ਵੀ ਸੱਟ ਪਿੰਡ ਲੱਗ ਗਈ ਹੁੰਦਾ ਤਾਂ ਹੈਗਾ ਜੀ ਜ਼ਰੂਰ ਨਹੀਂ ਕਾਰਵਾਈ ਇਹਨਾਂ ਨੂੰ ਪੁੱਛ ਲੈਂਦੇ ਹਾਂ ਜੇ ਤਾਂ ਕੋਈ ਕਰਾਉਣੀ ਚਾਹੁੰਗੇ ਤਾਂ ਕਰਾ ਦੇਣਗੇ।